ਦੋਸਤੋ, ਵਿਦੇਸ਼ ਜਾਣ ਦੇ ਬੜੇ ਕਾਰਨ ਹੋ ਸਕਦੇ ਨੇ। ਸਟੱਡੀ ਹੋ ਸਕਦੀ ਹੈ, ਮਜਬੂਰੀ ਹੋ ਸਕਦੀ ਹੈ, ਜਾਂ ਹੋਰ ਵੀ ਕਈ ਕਾਰਨ। ਪਰ ਜਿਹੜਾ ਵੀ ਬੰਦਾ ਪਰਦੇਸੀ ਹੁੰਦਾ ਆਪਣਾ ਦੇਸ਼ ਛੱਡ, ਉਹਨੂੰ ਆ ਫਿਰ ਆਪਣੇ ਪੰਜਾਬ ਦੀ, ਆਪਣੇ ਦੇਸ਼ ਦੀ ਬੜੀ ਯਾਦ ਆਉਂਦੀ ਹੈ। ਅਤੇ ਫਿਰ ਇੱਦਾਂ ਹੀ ਇੱਕ ਮੁਟਿਆਰ ਆਪਣੇ ਹਮ ਸਫ਼ਰ ਨੂੰ ਇੱਕ ਗੀਤ ਦੇ ਰਾਹੀਂ ਕੀ ਕਹਿੰਦੀ ਹੈ, ਬਹੁਤ ਸੋਹਣਾ ਬਿਆਨ ਕੀਤਾ ਇਸ ਵੀਰ ਨੇ। ਸੋ ਜੇਕਰ ਚੰਗਾ ਲੱਗਿਆ ਤਾਂ ਲਾਈਕ ਕਰਿਓ, ਅਤੇ ਜੇਕਰ ਤੁਹਾਡਾ ਘਰ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚੱਲਦਾ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟਾਂ 'ਚ। ਵਾਹਿਗੁਰੂ ਲਿਖ ਮੈਂ ਆਖੀ ਜਾਵਾਂ ਇੱਥੇ ਮੇਰਾ ਸਰਦਾ ਨਾ ਵੇਖਣ ਕਿਹੜਾ ਦੱਸ ਲਾਹੌਰ ਚੰਨਾ ਵੇ ਜਿੱਥੋਂ ਤੇਰਾ ਚਿੱਤ ਮੁੜਨ ਨੂੰ ਕਰਦਾ ਨਾ ਵੇ ਆ ਜਾ ਖੇਤੀ ਕਰੀਏ ਫੁੱਲ ਪਤਾਸਿਆ ਵੇ ਪੰਜ ਆਬਾਂ ਦਾ ਵਾਰਸ ਭੁੱਖਾ ਮਰਦਾ ਨਾ ਉਹ ਬੱਜੇਗਾ ਵੇ ਕਾਤਲ ਸਾਡੀਆਂ ਚਾਵਾਂ ਦਾ ਕਿਉਂ ਤੂੰ ਅੱਲਾ